50 ਗ੍ਰਾਮ ਪਾਈ ਬਹਿ ਹੀ ਹੁੰਦਾ ਥੱਲੇ ਲੱਗੀ ਕਾਲੇ ਚੋਰ ਨਾ ਮੱਥਾ ਨਾ ਟੇਕ ਦੀ ਗਾ ਕਿਤੇ ਮਨੋਂ ਪਹਿਲਾਂ ਗੇੜਾ ਮਾਰਨਾ ਪੈਣਾ ਉਹ ਹੈਂਡਲ ਨਹੀਂ ਉਹਦਾ ਲੈਂਦਾ ਬਾਕੀ ਚਲੋ ਕਰਦੇ ਸਵੇਰੇ ਨੈਕਸਟ ਵਲੌਗ ਦੇ ਵਿੱਚ ਵਿਕਿਆ ਵੇਖ ਕਿਤੇ ਜ਼ੋਰ ਨਾ ਆਉਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ ਨਿਊ ਵਲੌਗ ਦੇ ਵਿੱਚ ਨੰਬਰਦਾਰ ਫਾਰਮ 'ਚ ਅੱਜ ਤੁਹਾਨੂੰ ਆਪਾਂ ਅਪਡੇਟ ਦੇਵਾਂਗੇ ਪਾਊਡਰ ਬਾਰੇ ਜਿਹੜਾ ਰੈਪਰੋਮੈਨ ਪਾਊਡਰ ਆ ਨਾ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਉਹ ਪਾਈਦਾ ਜ਼ਿਆਦਾਤਰ ਉਹ ਯੂਜ਼ ਕਰਦੇ ਹਾਂ ਵੀ ਉਹ ਕਾਹਦੇ ਲਈ ਆ ਉਹ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਆਪਾਂ ਡਿਟੇਲ 'ਚ ਦੱਸਾਂਗੇ ਅੱਜ ਬਾਕੀ ਚੈਨਲ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦੀ ਸ਼ਾਇਦ ਲੱਗੀ ਆ ਕਿਉਂ ਬਿਕਰਮ ਬਾਕੀ ਆ ਜਾ ਤੁਹਾਨੂੰ ਮਿਲਦੇ ਗੜੀ ਵਿਖਾਉਣਾ ਰੈਪਰੋਮੈਨ ਪਾਊਡਰ ਜਿਹੜਾ ਆਪਾਂ ਪਾਉਣੇ ਆ ਕੈਮਲ ਕੰਪਨੀ ਦਾ ਆਪਾਂ ਕੋਈ ਇਹਦੀ ਪ੍ਰਮੋਸ਼ਨ ਨਹੀਂ ਕਰਨੀ ਉਦਾਂ ਮੈਂ ਚੀਜ਼ ਦੱਸਣਾ ਵੀ ਆਪਾਂ ਆਹ ਪਾਉਂਦੇ ਰੈਪਰੋਮੈਨ ਕੈਮਲ ਕੰਪਨੀ ਦਾ ਦਿਖਣ ਦਿਆ ਨਾ 50-50 ਗ੍ਰਾਮ ਪਾਈ ਜਾਓ ਜੇ ਤੁਹਾਡੀ ਗਾਂ ਖਲੋਂਦੀ ਨਹੀਂ ਅਤੇ ਜਾਂ ਬੋਲਦੀ ਨਹੀਂ ਕਈ ਵਾਰ ਹੁੰਦਾ ਵੀ ਆਪਾਂ ਜ਼ਿਆਦਾਤਰ ਵੰਡ 'ਤੇ ਫੋਕਸ ਰੱਖਦੇ ਹਾਂ ਵੀ ਆਪਾਂ ਪਾਊਡਰ ਨਹੀਂ ਪਾਉਂਦੇ ਜਾਂ ਪਾਉਂਦੇ ਹਾਂ ਕਈ ਵਾਰ ਗਾਂ ਦੀ ਬੱਚੇਦਾਨੀ ਵੀ ਵੱਡੀ ਹੁੰਦੀ ਕਿ ਉਹ ਚੀਜ਼ਾਂ ਪੂਰੀਆਂ ਕਰਦਾ ਰੈਪਰੋਮੈਨ ਪਾਊਡਰ ਅਤੇ ਬਾਕੀ ਜਿਹੜੀਆਂ ਨਿੱਕੀਆਂ ਵਿੱਛੀਆਂ ਨੂੰ ਆਪਾਂ ਪਾਉਂਦੇ ਹਾਂ ਉਹ ਆਹ ਵੇਖੋ ਪਾਊਡਰ ਖੁੱਲ੍ਹਾ ਹੀ ਪਿਆ ਐਗਰੀਮੈਨ ਉਹ ਆਪਾਂ ਆਹ ਚੀਜ਼ ਪਾਉਂਦੇ ਹਾਂ ਐਗਰੀਮੈਨ ਨਿੱਕੀਆਂ ਬੱਚੀਆਂ ਨੂੰ ਜਿਹੜੀਆਂ ਆਪਣੀਆਂ ਹੁੰਦੀਆਂ ਆ 2-2.5 ਮਹੀਨਿਆਂ ਦੀ ਉਹਨਾਂ ਨੂੰ ਆਪਾਂ ਹੁਣ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ ਵੀ ਨਾਲ ਇਹਦੇ ਨਾਲ ਸੁਪਰ ਕਾਫ ਪਾਈਦੀ ਹੈ ਹੁਣ ਤਾਂ ਫੀਡ ਫੂਡ ਮੁੱਕੀ ਆ ਉਹ ਵੀ ਨਹੀਂ ਹੈਗੀ ਅਤੇ ਬਾਕੀ ਆ 10,000 ਦਾ ਵੀ ਓਕੇ ਰਿਪੋਰਟ ਰਿਜ਼ਲਟ ਮਿਲਦੇ ਆ ਅਤੇ ਬਾਕੀ ਤੁਸੀਂ ਭਰਾ ਸਪੋਰਟ ਕਰਿਆ ਕਰੋ ਅਤੇ ਬਾਕੀ ਤੁਹਾਡੇ ਲਈ ਬਣਾਈ ਬਣਾਈਦਾ ਆ ਸਾਰਾ ਕੁਛ ਤਾਂ ਕਰਕੇ ਇਹਨਾਂ ਵੀ ਤੁਸੀਂ ਸਪੋਰਟ ਕਰੋਗੇ ਫਿਰ ਬੰਦੇ ਦਾ ਮਨ ਹੋਰ ਹੋ ਜਾਂਦਾ ਵੀ ਚਲੋ ਗਾਂ ਦੀ ਗਾਂ ਆਪਾਂ ਹੋਰ ਵਧੀਆ ਬਣਾਵਾਂਗੇ ਬਾਕੀ ਆ ਜਾਓ ਤੁਹਾਨੂੰ ਹੁਣ ਮਿਲਦੇ ਹਾਂ ਗਾੜੀ ਗਾੜੀ ਕੀ ਪ੍ਰੋਗਰਾਮ ਆ ਆ ਜਾਓ ਮੇਰੇ ਬਾਕੀ ਮੇਰੇ ਭਰਾ ਮੋਹਾਂ ਗੜੀ ਕਲੀਆਂ ਕੁਲੀਆਂ ਪਾ ਕੇ ਰੱਖੋ ਜਿਹੜੀ ਬਿਮਾਰੀ ਆਉਂਦੀ ਆ ਆਈ ਆ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਕੰਟਰੋਲ ਰੱਖੇ ਬਾਕੀ ਸਾਡਾ ਵੀ ਹੁਣ ਹੋਇਆ ਚੁਆਈ ਚੁਈ ਦਾ ਟਾਈਮ ਐਵੇਂ ਲੱਗਿਆ ਗਾਵਾਂ ਚੋਣ ਦੇ ਸਾਡਾ ਬੰਦਾ ਇੱਕ ਗਿਆ ਗੁਰਦੁਆਰੇ ਹਰਮੀਤ ਸਿੰਘ ਅਤੇ ਉਹ ਆਉਂਦਾ ਫਿਰ ਕਰਦੇ ਹਾਂ ਸ਼ੁਰੂ ਭਾਂਡੇ ਭੁੰਡੇ ਲਾ ਆਏ ਕਿਉਂ ਵਿਕਿਆ ਬਾਕੀ ਭਰਾ ਖਿੱਚ ਕੇ ਰੱਖੋ ਕੰਮ ਸਪੋਰਟ ਕਰੋ ਇੱਕ ਧੁੱਪਾਂ ਦਾ ਪਾਣੀ ਲੱਗਣ ਦੀਆਂ ਤਾਂ ਕਰਕੇ ਨਹੀਂ ਆਪਾਂ ਸਵੇਰ ਤੋਂ ਸ਼ੁਰੂ ਤੋਂ ਹੀ ਸਵੇਰ ਤੋਂ ਵਲੌਗ ਬਣਾਉਣਾ ਸ਼ੁਰੂ ਕਰਦਾ ਕਰਾਂ ਜਿੱਦਣ ਧੁੱਪਾਂ ਲੱਗ ਗਈਆਂ ਅਤੇ ਨਹੀਂ ਦੱਸ ਵਿਕੇ ਅਤੇ ਬਾਕੀ ਠੰਡ ਬੜੀ ਠੰਡ ਤੋਂ ਬਚਾ ਲਓ ਆਹ ਵੀ ਬਚ ਲਓ ਗਾਵਾਂ ਮੱਝਾਂ ਵੀ ਬਚਾ ਲਓ ਅਤੇ ਬਾਕੀ ਆ ਜਾਓ ਤੁਹਾਨੂੰ ਮਿਲਦੇ ਹਨ ਗਾੜੀ ਗਾੜੀ ਤੁਹਾਨੂੰ ਦੱਸਦੇ ਹਾਂ ਸਾਰਾ ਪ੍ਰੋਸੈਸ ਆਹ ਸੱਚ ਇਹ ਮੈਂ ਪਾਊਡਰ ਦਾ ਤੁਹਾਨੂੰ ਇਹ ਨਹੀਂ ਦੱਸਿਆ ਵੀ ਪਾਉਣਾ ਕਿੰਨਾ ਆ ਇਹ 50 ਗ੍ਰਾਮ ਪਾਇਆ ਕਰੋ ਰੋਜ਼ ਹੀ ਰੋਜ਼ ਅਤੇ ਰੋਜ਼ ਨਹੀਂ ਪੈਣਾ ਉਹ ਰੋਜ਼ ਪੈਣਾ ਜ਼ਿਆਦਾ ਲੰਮਾ ਚਿਰ ਨਹੀਂ ਪੈਣਾ ਵੀ ਇਹਦਾ ਬੜਾ ਵਧੀਆ ਰਿਜ਼ਲਟ ਹੈ ਤੁਹਾਨੂੰ ਆਪਣੇ ਆਹ ਵੀ ਤੁਸੀਂ ਕਹੋਗੇ ਵੀ ਹਾਂ ਵੀ ਕਿਸੇ ਬੰਦੇ ਨੇ ਸਾਨੂੰ ਦੱਸਿਆ ਓਕੇ ਰਿਪੋਰਟ ਕੰਮ ਮਿਲੂ ਤੁਹਾਨੂੰ ਇਹ ਮੇਰੀ ਗਰੰਟੀ ਆ ਹੁਣ ਕਈ ਭਰਾ ਮੈਸੇਜ ਕੰਪਨੀ ਵਾਲਿਆਂ ਦੇ ਸਾਡੇ ਪਾਊਡਰ ਦਾ ਵੀ ਨਾਲ ਹੈ
ਤੇ ਮਾਂ ਵੀ ਤੁਸੀਂ ਭਰਾ ਦਓ ਮੈਂ ਪਾ ਕੇ ਵੇਖਾਂ ਤੇ ਫਿਰ ਹੀ ਰਿਜ਼ਲਟ ਆਊਗਾ, ਜੇ ਰਿਜ਼ਲਟ ਨਾ ਆਇਆ ਅਗਲਿਆਂ ਦਾ ਮੈਂ ਗਾਲਾਂ ਥੋੜ੍ਹਾ ਖਾਣੀਆਂ ਜਿਹੜੇ ਵਹਿੰਦੇ ਆ ਤੇ ਨਹੀਂ। ਬਾਕੀ ਆਪਾਂ ਕੋਈ ਪ੍ਰਮੋਸ਼ਨ ਨਹੀਂ ਕਰਨੀ, ਆਪਾਂ ਇਹ ਚੀਜ਼ ਆ ਵੀ ਆਪਾਂ ਨੂੰ ਇਹ ਚੀਜ਼ ਦਾ ਰਿਜ਼ਲਟ ਆਇਆ ਅਤੇ ਆਪਾਂ ਤਾਂ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਤੀ ਆ ਅਤੇ ਬਾਕੀ ਤੁਹਾਨੂੰ ਆ ਜਾਓ ਅੱਗੇ ਅੱਗੇ ਮਿਲਦੇ ਹਾਂ। ਵਿਕਿਆ ਵੇਖ ਕਿੱਡੇ ਜ਼ੋਰ ਨਾ ਆਉਂਦੇ ਆ ਜੀ, ਅਫਸਰ ਬੰਦਾ ਤੁਹਾਨੂੰ ਪਤਾ ਅਫਸਰ ਬੰਦੇ ਇੱਦਾਂ ਹੀ ਆਉਂਦੇ ਆ। ਚੈੱਕ ਕਰਾਓ ਵੀਰ। ਹਾਂਜੀ ਮਾਲਕੋ ਆ ਗਏ, ਮਾਸਾਂ ਬੜੀਆਂ ਕੀਤੀਆਂ ਲਾਲ ਜੀਆਂ, ਵਾਕਈ ਇਹਨੂੰ ਕਰੀ ਨੱਕ ਚੈੱਕ ਕਰਾ ਆਵੇਗਾ, ਐਂ ਜਾਂ ਡੁਪਲੀਕੇਟ ਲਵਾਇਆ ਹੁੰਦਾ। ਚੱਲ ਆਇਆ ਫਿਰ, ਉਹ ਕੌਣ ਆਇਆ ਜਾ ਬਿਕਾ ਸ਼ਦਾਈ ਹੋਏ, ਮੈਂ ਬਿਕੇ ਲਾ ਲਿਆ ਸਾਹ ਜਾ ਬਿਕਿਆ ਸ਼ਦਾਈ ਤੂੰ ਕੰਟਰੋਵਰਸੀ ਆਹੋ ਉਹ ਲਿਆ ਨੱਕ ਵੇ ਇੱਕ ਡੱਕਦੇ ਆ ਇੱਡੇ ਆ ਜਾ ਚਾਹੀਦਾ ਟਾਈਟਲ ਲਿਖਣਾ ਵੱਡਾ ਨੱਕ ਬਹਿ ਜਾਂਦਾ ਥੱਲੇ ਮੱਥਾ ਟੇਕਦੀ ਲਿਆ ਪਾਣੀ ਭਰ ਤੂੰ ਹਾਂ ਬਾਬੇ ਕੀ ਬੱਤੀ ਆਉਂਦੀ ਬਾਹਰ ਬੱਚਾ ਕਹਿੰਦੇ ਆ ਚੱਲ ਗਈ ਬੱਤੀ ਔਰ ਉਹਨੇ ਤੜਫਦੇ ਫਿਰਨੇ ਆ ਦੇ ਕਿੰਨਾ ਕੁ ਹੋਇਆ ਹੁਣ ਚੱਲੂਗਾ ਨਾ ਕੰਮ ਆਪਣਾ ਆ ਬਹਿਣਾ ਚੱਲ ਜਾਣਾ ਆਹ ਠੀਕ ਆ ਮੈਨੂੰ ਪਤਾ ਗੇੜਾ ਮਾਰਨਾ ਪੈਣਾ ਹੈ ਮੈਨੂੰ ਪਤਾ ਗੇੜਾ ਮਾਰਨਾ ਪੈਣਾ ਉਹ ਹੈਂਡਲ ਨਹੀਂ ਉਹਦਾ ਲੈਂਦਾ ਆ ਯਾਰ ਫੜ ਉਹ ਨਹੀਂ ਉਹ ਭਰਾਵਾ ਮੈਂ ਨਹੀਂ ਡਰ ਇੱਕ ਸੌ ਲੈਂਦਾ ਮੇਰਾ ਨੱਕ ਕਰਾ ਆਪਦੇ ਜਿੱਦਾਂ ਆ ਕੰਮ ਆਹ ਬੂਗਾ ਖੁੱਲ੍ਹਾ ਕਦੇ ਓਏ ਮੈਂ ਸਾਡੇ ਕੋਚ ਸਾਹਿਬ ਦਾ 11 ਪ੍ਰੋ ਹੋ ਗਿਆ ਲੂ ਓਏ ਉਹ ਚੀਨੀ ਚੀਨੀ ਵਾਲੇ ਆਰਡਰ ਸਪੈਸ਼ਲ ਭੇਜਿਆ ਹਾਂ ਮੈਂ ਨੀ ਵੇਖਿਆ ਚੀਨੀ ਵਾਲੇ ਗਿਆ ਬੋਰਾ ਜਿਹਾ ਸੀ ਸਾਈਕਲ ਤੇ ਇੱਕ ਵੇਖਿਆ ਨੀ ਬਲੌਗ ਜਿਹਾ ਪਾਉਣਾ ਹੁੰਦਾ ਸਾਈਕਲ ਤੇ ਆਹੋ ਉਹ ਕਿ ਨਹੀਂ ਹੁੰਦਾ ਹੋਰ ਹੀ ਹੋ ਬਾਹਰ ਦਾ ਹੀ ਕੋਈ ਐ ਜੀ ਸੁਗੇ ਸੁਗੇ ਨੰਗਨ ਦੇ ਇਹਨੇ ਇਧਰ ਕਰਨਾ ਹੁੰਨੇ ਉਦਾਂ ਜਾ ਕੇ ਘੁੰਮਦੇ ਫਿਰਦੇ ਆ ਨਹੀਂ ਜੀ ਘੁੰਮਦੇ ਗਏ ਜੀ ਲਾ ਦੇ ਸਾਈਕਲਾਂ ਤੇ ਤੇ ਵੱਡੇ ਰੱਕ ਲੋਕਾਂ ਨੇ ਆਖਿਆ ਰੋਜ਼ ਗਾਵਾਂ 'ਚ ਆਉਂਦੇ ਵਿਖਾਉਂਦੇ ਪਰ ਅੱਜ ਤੁਹਾਨੂੰ ਆਪਾਂ ਕੰਪਿਊਟਰ ਬਾਰੇ ਦੱਸਿਆ ਕੱਲ ਫੈਨ ਬਾਰੇ ਦੱਸਿਆ ਏਦਾਂ ਹੌਲੀ ਹੌਲੀ ਕਰਕੇ ਹਰੇ ਕੀ ਚੀਜ਼ ਦੱਸਾਂਗੇ ਹੋਰ ਕਰੋ ਤੇ ਇਹ ਫੋਨ ਨਹੀਂ ਕਰਦੇ ਜਾਣ
ਹੱਥੀ ਨੂੰ ਕਹਿ ਤਾਂ ਹੋਣੀ ਹੋਣੀ ਥੋੜੀ ਇੰਨੇ ਜ਼ੋਰ ਨੇ ਟੁੱਟੀ ਅਤੇ ਇੱਕ ਉਹਨੂੰ ਨਾ ਥੋੜ੍ਹੀ ਇਨਫੈਕਸ਼ਨ ਹੋ ਗਈ ਹੈ, ਉਹਦੇ ਕਰਕੇ ਆਪਾਂ ਲੱਗੇ ਟੀਕਾ ਲਾਉਣ 1 ਗ੍ਰਾਮ, ਉਹਦੇ ਨਾਲ ਇਨਫੈਕਸ਼ਨ ਫੰਕਸ਼ਨ ਨਾ ਇਨਫੈਕਸ਼ਨ ਨਿਕਲ ਨੁਕਲ ਜਾਊਗੀ। ਇੱਕ ਉਹ ਸਰੀ ਵੈਟ ਆ ਉਹਨੂੰ ਲਾਉਣੇ ਆ ਤਾਕਤ ਵਾਲਾ ਜਾਂ ਅਰਗੋ ਵੈਟ ਆ ਵੀ ਜ਼ੋਰ ਜ਼ਾਰ ਸੁੱਟ ਦੂਗੀ। ਅਰਗੋ ਵੈਟ ਵੀ ਲਾ ਰਿਹਾ ਕਰੋ ਜ਼ੋਰ ਜ਼ਾਰ ਸੁੱਟਣ ਨੂੰ ਨਾ, ਉਹ ਵੀ ਠੀਕ ਮਾੜਾ ਪਿਛਾ। ਬਾਕੀ ਅੱਜ ਮੈਂ ਇੱਕ ਹੋਰ ਕੰਮ ਕਰਨ ਲੱਗਾ ਹੈ, ਇੱਕ ਵੀਰ ਨੇ ਆਖਿਆ ਕਹਿੰਦਾ ਗਾਂ ਨੂੰ ਨਾ ਖੰਡ ਪਾ ਦਿਆ ਕਰ, ਉਹਦੇ ਨਾਲ ਗਾਂ ਜ਼ੋਰ ਸੁੱਟੂਗੀ। ਪਰ ਏਅਰ ਕੋ ਵੈਟ ਵੀ ਲਾਤਾ ਖੰਡ ਦੀ ਦੇਤੀ ਦੇ ਤਾਂ ਵਿਹਨੇ ਆ ਕੁਛ ਨਾ ਕੁਛ ਕਰਕੇ। ਆਹ ਟੀਕਾ ਤਾਕਤ ਵਾਲਾ ਇਹ ਲੱਗੇ ਇਹਨੂੰ ਵੈਟ ਨੂੰ ਲਾਉਣ, ਥੋੜ੍ਹੀ ਜਿਹੀ ਨਾ ਡਾਊਨ ਡਾਊਨ ਜੀ ਜਾਪਦੀ ਹੈ, ਨਾਲੇ ਉਹਨੂੰ ਵੀ ਲਾ ਦਿੰਦੇ ਜਿਹੜੀ ਸੂਈ ਹੈ। ਜਿਹੜਾ ਟ੍ਰੀਟਮੈਂਟ ਥੋੜ੍ਹਾ ਬਹੁਤਾ ਬੰਦਾ ਆਪ ਕਰ ਲਏ ਨਾ ਉਹਨਾਂ ਹੀ ਖਰਚਾ ਪਾ। ਖੁਰਲੀ ਦੇ ਚੋਣ ਨਾਲ ਤੇ ਇੱਥੇ ਆਹ ਫਾਇਦਾ ਹੈ, ਠੀਕ ਆ ਵੇਖੋ ਅਰਮਾਨ ਨਾਲ ਆਪਾਂ ਟੀਕਾ ਟੂਕਾ ਵੀ ਲਾ ਦਿੱਤਾ ਅਤੇ ਨਾ ਕੋਈ ਭੁੜਕੀ, ਨਾਲੇ ਕੰਫਰਟੇਬਲ ਆ ਪੂਰਾ ਕੰਮ, ਬਹੁਤ ਕਿਸੇ ਮੂੰਹ ਨਾ ਮਾਰ। ਕਈ ਚੀਜ਼ਾਂ ਲੋੜ ਅਨੁਸਾਰ ਕਈ ਚੀਜ਼ਾਂ ਉੱਦਾਂ ਹੀ ਸ਼ੌਂਕ ਨਾਲ ਕਈ ਕਰ ਲੈਂਦੇ ਹਾਂ, ਉੱਥੇ ਚੁਰੀ ਜਾਂਦੇ ਹਾਂ। ਹੁਣ ਆਹ ਲੱਗੇ 1 ਗ੍ਰਾਮ ਲਾਉਣ, ਹੋਰਤਾ ਹੈ ਆਪਾਂ ਸਾਡਾ ਬੰਦਾ ਨੂੰ ਲਾ ਲਈਏ ਬਹਿਣ ਨੂੰ ਜਿਹੜੀ ਸੱਜਣ ਤੁਸੀਂ ਉਹਨੂੰ ਤਾਂ ਤੁਸੀਂ ਹੁਣ ਅਜੇ ਹੋਰ ਕੋਈ ਟ੍ਰੀਟਮੈਂਟ ਕਰਨਾ ਨਾ, ਹੁਣ ਤਾਕਤ ਵਾਲਾ ਲਾਉਂਦੇ ਹਾਂ ਜਾਂ ਅਰਗੋ ਵੈਟ ਲਾਉਂਦੇ ਜਾਂ ਬਾਕੀ ਆ ਜਾਓ ਤੁਹਾਨੂੰ। ਉਹਨੂੰ ਇੱਕ ਵਾਹੁਣ ਵੀ ਦਈ, ਉਹਨੂੰ ਵਾਹੁਣ ਦਾ ਵੀ ਟੀਕੇ ਨੂੰ ਮਾਰ ਮਾਹੌਲ ਚਾਲ ਕੀ ਹਿਸਾਬ ਕਿਤਾਬ ਹੈ। ਵਾਹੁਣ ਵਾਲੇ ਟੀਕੇ ਦਾ ਕੀ ਨਾਂ ਸੀ? ਬਾਇਓ ਟ੍ਰਿਮ ਲਾਉਣਾ ਉਹਨੂੰ। ਹਰਮਨ ਅੰਦਰ ਟੀਕਾ ਫੜੀ ਲਿਆਈ ਬਾਇਓ ਟ੍ਰਿਮ। ਬਾਕੀ ਚੱਲਣ ਦਿਆਂ ਕੰਮ ਓਕੇ, ਰਿਪੋਰਟ ਮੇਰੇ ਭਰਾ ਲਾਈਕ ਸ਼ੇਅਰ ਸਾਰਾ ਕੁਛ ਕਰਿਆ ਕਰੋ ਯਾਰ, ਤੁਹਾਡੇ ਕਰਕੇ ਬਣਾਈਦੇ। ਉਹ ਯਾਰ ਵਾਹੁਣ ਵੀ ਦਈ ਆ ਲਿਆ ਲਾਈ ਆਹ ਸੱਜੇ ਜਿਹੜੀ ਸੂਈ ਹਾਂ ਆਹ ਕਿਹੜਾ ਮਤਲਬ ਭੁੱਖ ਏਦਾਂ ਕੀ ਹੁਣ ਆਹੋ ਉਹਨਾਂ ਲਾ ਦੀ ਸੱਜੇ ਜਿਹੜੀ ਸੂਈ ਹੈ ਉਹਨੂੰ ਕੀ ਮਤਲਬ ਭੁੱਖ ਲੱਗੇ ਭੁੱਖ ਲਾ ਲਾਓ ਕਈ ਆ ਤੁਹਾਨੂੰ।
ਥੋੜਾ ਜਿਹਾ ਹੀ ਆ ਕਿੰਨਾ ਉਹਨੂੰ ਪਰਲੀ ਲਾਤਾ ਹੈ ਪਰਲੀ ਲਾ ਤੇ ਤਿੰਨ ਟੀਕੇ ਲਿਆ ਦੂੰਗਾ ਦੱਸ ਦਿਨ ਕਿਹੜਾ ਲਾਉਂਦਾ ਉਹਨੂੰ ਮਨ ਕਰਾਉਣ ਲਾ ਦਿੱਤਾ ਇਹ ਮਨ ਥੋੜਾ ਹਾਂ ਚਲੋ ਤੁਹਾਨੂੰ ਮਿਲਦੇ ਹੁਣ ਅੱਗੇ ਅੱਗੇ ਲਾ ਲਈਏ ਟੀਕੇ ਟੂਕੇ ਪਿਆ ਦੇ ਮੈਂ ਸਵੇਰੇ ਪਿਆ ਤਾ ਖਾਵੇ ਜਿਹੜਾ ਟੀਕਾ ਲੱਗਣਾ ਨਾ ਮਾੜੇ ਨੂੰ ਇੰਨਾ ਹੀ ਪਿਆ ਸੀ ਇੰਨਾ ਹੀ ਪਿਆ ਨੇ ਤੇ ਇਹਦਾ ਦੁੱਧ ਨਾ ਕਹਿੰਚ ਪਵੇ ਸਾਨੂੰ ਲੱਗਣ ਨੀ ਦੇਈ ਬੈਗ ਉਹ ਲਾ ਕੇ ਲਾਲਾ ਆ ਗਈ ਕੰਡਿਆਂ ਦੇ ਆਉਂਦੇ ਆਉਂਦੇ ਲੈਟਾਂ ਬਾਜੋ ਬੰਦ ਕਰੀ ਦੀਆਂ ਹਾਂ ਵੇਲਾ ਵਿਕਿਆ ਲਾਤੀ ਨਾ ਡੰਡ ਮਾਰ ਕੇ ਇਹਦੀ ਛੁੱਟੀ ਕਰਾਉਣੀ ਪੈਣੀ ਛੱਬੀ ਫੁੱਟਾਂ ਦੇ ਪਾਇਆ ਲੱਦਿਆ ਫੁੱਲ ਲਾ ਲੱਦੀ ਗਏ ਉਥੇ ਬੂਹੇ ਬਾਏ ਮਾਰਨ ਦਿਆ ਹੁਣ ਵੱਡਿਆ ਕੋਠੇ ਰੱਖਿਆ ਵੱਡੇ ਕਾਹ ਵਾ ਪਾਉ
ਵਾਲਾ ਨਹੀਂ ਕੀ ਦੇਖਿਆ ਹੀ ਛੋਟੇ ਵੀਰ ਵੀਰ ਜੀ ਤੇ ਬਿੱਕੇ ਲੱਭਣ ਦੇ ਕੁੜੀ ਇੱਥੇ ਫਿਰਨ ਦੇ ਡਰਦੇ ਹੋਵੇ ਦੱਸਾਂਗੇ ਹੋਰ ਕੋਈ ਤੁਹਾਨੂੰ ਅਪਡੇਟ ਬਾਕੀ ਹੁਣ ਲੱਗਣ ਦੀ ਠੰਡ ਤੇ ਮੈਂ ਜਾ ਕੇ ਨਹਾਉਣਾ ਵੀ ਆ ਫਿਰ ਪ੍ਰਸ਼ਾਦਾ ਪਾਣੀ ਛਕਾਂਗੇ ਮੈਂ ਜੀ ਜਾਂਦਾ ਵੀ ਇੱਧਰ ਵਿੱਚ ਆਹ ਗਾੜੀ ਆ ਜਾਏ ਇੱਥੇ ਆਪਾਂ ਲਾਗੇ ਆ ਜਾ ਵੀ ਆਪਣਾ ਹੁਣ ਕੰਮ ਕੀਤਾ ਹੋਣਾ ਆਪਾਂ ਅਤੇ ਚਲੋ ਉੱਤੇ ਜਾ ਕੇ ਨਹਾ ਧੋ ਕੇ ਆਪਣੇ ਟੱਬਰ 'ਚ ਰੋਟੀ ਖਾਵਾਂਗੇ ਕੰਮ ਹੀ ਕਰਨਾ ਭਾਵੇਂ ਇੱਥੇ ਕਰ ਲਓ ਜਾਂ ਬਾਹਰ ਕਰ ਲਓ ਆਪਾਂ ਇੱਥੇ ਤਾਂ ਨਹੀਂ ਇੰਨੇ ਕਾਮਯਾਬ ਹੁੰਦੇ ਵੀ ਆਪਾਂ ਇੱਥੇ ਇੰਨੀ ਮਿਹਨਤ ਨਹੀਂ ਕਰਦੇ ਇੰਨੇ ਖਪਦੇ ਨਹੀਂ ਆ ਤਾਂ ਨਹੀਂ ਖਪਦੇ ਵੀ ਲੋਕ ਸਾਨੂੰ ਕੀ ਆਖਣਗੇ ਸਾਡੇ ਤੋਂ ਨਹੀਂ ਇਹ ਕੰਮ ਹੁੰਦਾ ਕਈਆਂ ਦੀ ਇਹ ਸੋਚ ਹੈ ਵੀ ਅਸੀਂ ਇੱਥੇ ਨਹੀਂ ਕੰਮ ਕਰਨਾ ਅਸੀਂ ਬਾਹਰ ਜਾ ਕੇ ਤਰੱਕੀ ਕਰਨੀ ਮੈਂ ਜੀ ਕੱਲ੍ਹ ਵੀ ਆਖਣ ਦਿਆਂ ਜੇ ਆਪਾਂ ਆਪਣੇ ਜ਼ਮੀਨ ਜਾਇਦਾਦ ਤੋਂ ਨਹੀਂ ਤਰੱਕੀ ਕਰ ਸਕਦੇ ਬਾਹਰ ਦਿਹਾੜੀਆਂ ਕਰਨਾਗੇ ਹੈ ਕਈਆਂ ਦੀ ਇਹ ਸੋਚ ਹੈ ਵੀ ਅਸੀਂ ਵਾਧੇ ਹੋ ਜਾਣਾ ਵੀ ਆਪਣੀ ਜਾਇਦਾਦ ਵੇਚ ਕੇ ਅਸੀਂ ਬਾਹਰ ਜਾ ਕੇ ਆਪਣਾ ਬਿਜ਼ਨਸ ਬਣਾਉਣਾਗੇ ਤੁਸੀਂ ਇਹ ਨਹੀਂ ਸੋਚੋ ਵੀ ਆਪਾਂ ਆਪਣਾ ਪੰਜਾਬ ਛੱਡ ਕੇ ਬਾਹਰ ਜਾ ਕੇ ਬਿਜ਼ਨਸ ਬਣਾ ਕੇ ਇਹਦੇ ਕਿੱਡੀ ਯਾਰ ਗਲਤ ਸੋਚ ਹੋ ਗਈ ਲੋਕਾਂ ਦੀ ਬਾਕੀ ਚਲੋ ਭਰਾ ਕੋਈ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦਾ ਇੱਕ ਤਾਂ ਆਪਾਂ ਪੀਜਰੀਆ ਜਿਹਾ ਬਣਦੇ ਹਾਂ ਵੀ ਹਾਂ ਹਾਂ ਵੀ ਸਾਡੀ ਕੋਈ ਗੱਲ ਮੰਨੇ ਇਹ ਬਾਕੀ ਹੁਣ ਉਹਦੇ ਹੱਥ ਵਾਸਤੇ ਜਾਂ ਮੰਨਣਾ ਜਾਂ ਨਹੀਂ ਮੰਨਣਾ ਬਾਕੀ ਚਲੋ ਆਈ ਦਾ ਇੰਨਾ ਵਲੋਗ ਬਾਕੀ ਹਰਮੀਤ ਗੱਪੋ ਸ਼ੱਪ ਬਾਕੀ ਫਿਰ ਕਰਦੇ ਹਾਂ ਸਮਾਪਤੀ ਆਪਾਂ ਨੂੰ ਲੱਗਣ ਦੀ ਹੁਣ ਠੰਡ ਤੜਕੇ ਫਿਰ ਉੱਠਣਾ ਕਿਸੇ ਨੇ ਤੜਕੇ ਤਾਂ ਬਣਾਵਾਂਗੇ ਜੋ ਮਾਤਾ ਸਮਝਿਆ ਹੁੰਦਾ ਨਾ ਸਹੀ ਧੁੱਪਾਂ ਦਾ ਭਲਾ ਕਹਿੰਦੇ ਹਾਂ ਅਤੇ ਫਿਰ ਕਰਾਂਗੇ ਆਜੋ ਬਿਰਿਆਨੀ ਹਰਮੀਤ ਤੋਂ ਮੈਂ ਵੀ ਨੀ ਫੋਨ ਚੁੱਕਣਾ ਕਿੱਧਰ ਭੱਜਿਆ ਜਾਂਦਾ ਹੁਣ ਬੂਹੇ ਵੱਜਣਗੇ ਮੋਟਰ ਕਰ ਬੰਦ ਬਾਕੀ ਚਲੋ ਕਰਦੇ ਇੰਨੇ ਨਾ ਵਲੋਗ ਦੀ ਸਮਾਪਤੀ
ਬਾਕੀ ਆ ਜਾਓ ਸਾਨੂੰ ਗਾੜੀ ਘਰ ਵਿਖਾ ਕੇ ਫਿਰ ਹੀ ਕਰਦੇ ਆ ਸਮਾਪਤੀ। ਵਿਊ ਬੜਾ ਘੈਂਟ ਆਉਂਦਾ ਹੈ। ਨਹੀਂ ਆਪਾਂ ਨੂੰ ਨੀ ਕੋਈ ਹਾਂ ਤੇ ਆ ਜਾਓ ਬਾਕੀ ਮੁੰਡਾ ਮਾਰਦੇ ਚੰਗੀ ਵੱਜ ਗਿਆ। ਵੈਰੀ ਗੁੱਡ ਬਹੁਤ ਅੱਛੇ ਅਰੇ ਹੋ ਲਓ ਵੀ ਕਿੱਥੇ ਬਿੱਕਾ ਕੰਮ ਹੋ ਗਿਆ ਡਨ ਹੁਣ ਹੁਣ ਤੁਹਾਨੂੰ ਮਿਲਾਂਗੇ ਸਵੇਰੇ ਨੈਕਸਟ ਵਲੌਗ ਦੇ ਵਿੱਚ। ਹੁਣ ਚੱਲਿਆ ਬਾਕੀ ਚਲੋ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਬਾਏ ਓਕੇ ਬਾਏ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਵੀ ਚੱਲੇ ਹਾਂ ਆਪਣੇ ਹਾਊਸ।